ਚਮਰਾਲਾ ਦੇ ਪਿੰਡ ਹੇਡੋ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਗੋਦਲੇ ਪੁੱਤਰ ਨੇ ਹੀ ਆਪਣੀ ਮਾਂ ਦਾ ਕਤਲ ਕਰ ਦਿੱਤਾ। ਦੱਸਣਾ ਬਣਦਾ ਹੈ ਕਿ ਮ੍ਰਿਤਕ ਬਜ਼ੁਰਗ ਔਰਤ ਮਨਜੀਤ ਕੌਰ ਜਿਸ ਦਾ ਪਤੀ ਸੋ ਬਾਹਰ ਦੀ ਚੀਨ ਨਾਲ ਹੋਈ ਲੜਾਈ ਵਿੱਚ ਸ਼ਹੀਦ ਹੋ ਗਿਆ ਸੀ। ਪਤੀ ਦੀ ਸ਼ਹੀਦੀ ਉਪਰੰਤ ਇਸ ਔਰਤ ਨੇ ਆਪਣੇ ਭਤੀਜੇ ਦੇ ਪੁੱਤਰ ਨੂੰ ਇਹ ਸੋਚ ਕੇ ਗੋਦ ਲੈ ਲਿਆ ਸੀ ਕਿ ਬਜ਼ੁਰਗ ਅਵਸਥਾ ਵਿੱਚ ਇਹ ਉਸ ਦਾ ਸਹਾਰਾ ਬਣੇਗਾ। ਇਹ ਕਲਯੁੱਗੀ ਪੁੱਤਰ ਆਪਣੀ ਬਜ਼ੁਰਗ ਮਾਂ, ਪਤਨੀ ਅਤੇ ਧੀ ਦੀ ਕੁੱਟਮਾਰ ਕਰਦਾ ਰਹਿੰਦਾ ਸੀ, ਜਿਸ ਤੋਂ ਦੁਖੀ ਹੋ ਕੇ ਪਤਨੀ ਅਤੇ ਧੀ ਕਾਫ਼ੀ ਸਮਾਂ ਪਹਿਲਾਂ ਹੀ ਘਰ ਛੱਡ ਕੇ ਜਾ ਚੁੱਕੇ ਸਨ। ਮਾਂ ਨੇ ਵੀ ਆਪਣਾ ਘਰ ਛੱਡ ਕੇ ਰਿਸ਼ਤੇਦਾਰਾਂ ਕੋਲ ਜਾ ਕੇ ਰਹਿਣ ਲੱਗ ਪਈ ਸੀ ਕਿ 3-4 ਦਿਨ ਪਹਿਲਾਂ ਆਰੋਪੀ ਬਹਾਨੇ ਨਾਲ ਆਪਣੀ ਮਾਂ ਨੂੰ ਘਰੇ ਲੈ ਆਉਂਦਾ ਹੈ ਤੇ ਤਿੱਖੇ ਹਥਿਆਰ ਨਾਲ ਉਸਦਾ ਕਤਲ ਕਰ ਦਿੰਦਾ ਹੈ। ਕੀ ਹੋਇਆ ਸੀ ਅੱਜ, ਕੀ ਘਟਨਾ ਹੋਈ? ਇਹ ਪਿਛਲੇ 20 ਸਾਲ ਤੋਂ ਨਾ ਸਾਡੇ ਪਿੰਡ ਦੇ ਵਿੱਚ ਰਹਿ ਰਹੀ ਹੈ ਮਨਜੀਤ ਕੌਰ। ਇਹਨਾਂ ਨੇ ਜੋ ਲੜਕਾ ਹੈ ਜਸਦੀਪ ਸਿੰਘ, ਇਹਨਾਂ ਦੇ ਜੇਠ ਦਾ ਲੜਕਾ ਹੈ, ਇਹਨਾਂ ਨੇ ਗੋਦ ਲਿਆ ਸੀ। ਇਹਨਾਂ ਦਾ ਜੋ ਮਤਲਬ ਘਰ ਵਾਲਾ ਹੈ ਉਹ 1962 ਦੇ ਵਿੱਚ ਆਰਮੀ 'ਚ ਸੀਗੇ, ਉਹ 1962 ਦੀ ਲੜਾਈ ਦੇ ਵਿੱਚ ਚੈਨਲ ਦੇ ਖਿਲਾਫ ਸ਼ਹੀਦ ਹੋ ਗਏ। ਇਹ ਪਿਛਲੇ 20 ਸਾਲ ਤੋਂ ਸਾਡੇ ਪਿੰਡ ਦੇ ਵਿੱਚ ਜਗ੍ਹਾ ਲੈ ਕੇ ਮੁੱਲ ਇਹ ਰਹਿ ਰਹੇ ਨੇ। ਇਹ ਮੁੰਡਾ ਆਮ ਆਪਣੇ ਘਰੇ ਅਮਲੀਆਂ ਨੂੰ, ਨਸ਼ੇ ਵਾਲਿਆਂ ਨੂੰ, ਮੁੰਡਿਆਂ ਨੂੰ ਬੁਲਾਉਂਦਾ ਤਾ, ਰੋਜ਼ ਆਉਂਦੇ ਜਾਂਦੇ ਤੇ ਇਹ ਰੋਜ਼ ਕੁੱਟਮਾਰ ਕਰਦਾ ਤੇ ਨੇ। ਆਪਣੀ ਔਰਤ ਵੀ ਤਾਂ ਕੁੱਟਮਾਰ ਕਰੀ ਹੈ ਪਹਿਲਾਂ, ਉਹ ਵੀ ਚਲੀ ਗਈ ਹੈ, ਜਸਵੀਰ ਕੌਰ ਰਾਜੇਵਾਲ ਦੀ ਰਹਿਣ ਵਾਲੀ ਸੀ ਉਹ, ਇੱਕ ਇਹਦੀ ਬੇਟੀ ਦੀ, ਇਹ ਆਪਣੀ ਬੇਟੀ ਦੀ ਵੀ ਕੁੱਟਮਾਰ ਕਰਦਾ ਤਾ ਬਹੁਤ ਜ਼ਿਆਦਾ, ਉਹ ਬੇਟੀ ਵੀ ਇਹਦੀ ਚਲੀ ਗਈ, ਉਹਦੀ ਘਰਵਾਲੀ ਲੈ ਗਈ ਨਾਲ। ਇਹ ਹੁਣ ਵੀ ਪਿਛਲੇ ਤਕਰੀਬਨ 1.5 ਮਹੀਨਾ ਪਹਿਲਾਂ ਇਹਨਾਂ ਦੇ ਇੱਕ ਰਿਸ਼ਤੇਦਾਰ ਆਏ ਸੀਗੇ ਗੜ੍ਹੀ ਤੋਂ, ਉਹਨਾਂ ਦੇ ਨਾਲ ਮੈਂ ਇਹ ਮਾਈ ਖੁਦ ਭੇਜੀ ਸੀ, ਇਹ ਉੱਥੇ 1 ਮਹੀਨਾ ਰਹਿ ਕੇ ਆਈ ਹੈ। ਇਹ ਜਾ ਕੇ ਉਹਨੂੰ 5-4 ਦਿਨ ਪਹਿਲਾਂ ਫੇਰ ਲਾਇਆ ਆ, ਲਿਆ ਕੇ ਇਹਨੇ ਪਰਸੋਂ ਵੀ ਉਹਦੀ ਕੁੱਟਮਾਰ ਕਰੀ ਹੈ। ਅੱਜ ਤਾਂ ਇਹਨੇ ਚਾਕੂ ਨਾਲੇ ਵਾਰ ਕਰਤਾ ਉਹਦੇ 'ਤੇ, ਉਹ ਸ਼ਾਮ ਤਕਰੀਬਨ ਦੁਪਹਿਰੇ 11 ਵਜੇ ਉਹ ਪੂਰੀ ਹੋਈ। ਕੋਈ ਪੈਨਸ਼ਨ ਵਗੈਰਾ ਲੱਗੀ? ਇਹਦੀ ਪੈਨਸ਼ਨ ਲੱਗੀ, ਇਹਨੂੰ ਮਾਤਾ ਨੂੰ ਪੈਨਸ਼ਨ ਮਿਲਦੀ ਹੈ ਆਰਮੀ ਤੋਂ। ਇਹਨਾਂ ਨੂੰ ਬਕਾਇਦਾ ਜ਼ਮੀਨ ਮਿਲੀ ਹੋਈ ਸੀਗੀ, ਉਹ ਵੀ ਜ਼ਮੀਨ 'ਤੇ ਵੀ ਇਹਦੇ ਭਾਈਆਂ ਨੇ, ਰਿਸ਼ਤੇਦਾਰਾਂ ਨੇ, ਵੀ ਕਿਹਨੇ ਕੀਤਾ ਕਿਹਨੇ ਨਹੀਂ ਅਸੀਂ ਕਹਿ ਨਹੀਂ ਸਕਦੇ ਪੱਕਾ। ਇਹਦੀ ਬੁੜੀ ਦੀ ਜ਼ਮੀਨ ਵੀ ਕੋਈ ਹੋਰ ਹੀ ਵੇਚ ਗਿਆ ਵਿਚਾਰੀ ਦੀ ਮਾਈ ਦੀ। ਪੈਨਸ਼ਨ ਕਰਕੇ ਇਹ ਲੈ ਲੈਂਦਾ ਹੋਊਗਾ ਮੁੰਡਾ? ਹਾਂ, ਪੈਨਸ਼ਨ ਕਰਕੇ, ਪੈਨਸ਼ਨ ਹੀ ਰਹਿੰਦਾ ਸੀ, ਆਉਂਦੀ ਸੀ ਪੈਨਸ਼ਨ ਮਾਈ ਦੀ, ਪੈਨਸ਼ਨ ਲੈ ਕੇ ਜਾਂਦੀ ਸੀ, ਪੈਨਸ਼ਨ ਲੈ ਕੇ ਆਉਂਦਾ ਤਾਂ ਰੋਜ਼ ਇਹ ਮਤਲਬ 1 ਮਹੀਨੇ ਬਾਅਦ ਪੈਨਸ਼ਨ ਮਿਲਦੀ ਸੀ, 12-13 ਹਜ਼ਾਰ ਰੁਪਇਆ ਪੈਨਸ਼ਨ ਹੈ, ਇਸੇ ਕਰਕੇ ਆਪਣਾ ਖਰਚਾ ਚਲਾਉਂਦਾ ਸੀ। ਆਮਲੀ ਆਮ ਇਹਦੇ ਕੋਲ ਤਕਰੀਬਨ ਆਉਂਦੇ ਜਾਂਦੇ ਰਹਿੰਦੇ ਸੀ। ਅੱਜ ਵੀ ਇਹਦੇ ਘਰ ਦੀ ਹਾਲਤ ਤੁਸੀਂ ਜਾ ਕੇ ਦੇਖੋ, ਮੈਂ ਦਿਖਾਵਾਂ ਤੁਹਾਨੂੰ ਕਿੱਥੇ ਵੀ ਕੀ ਕੰਡੀਸ਼ਨ। ਕਿੰਨੇ ਕੁ ਸਾਲ ਦਾ ਇਹ ਮੁੰਡਾ? ਇਹ ਹੋਊਗਾ ਜੀ ਤਕਰੀਬਨ 30 ਸਾਲ ਦਾ। ਤੇ ਮਾਤਾ ਦੀ ਉਮਰ? ਮਾਤਾ ਦੀ ਉਮਰ ਹੋਊਗੀ ਤਕਰੀਬਨ 80 ਸਾਲ ਦੀ। ਉਧਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਆਰੋਪੀ ਨੂੰ ਪਿੰਡ ਨੇੜਿਆਂ ਹੋਈ ਗ੍ਰਿਫਤਾਰ ਕਰ ਲਿਆ ਗਿਆ ਹੈ। ਕੀ ਨਾਮ? ਦੁਪਹਿਰ ਨੂੰ ਲੱਗਣਾ 10-11 ਵਜੇ ਜੀ, ਪਿੰਡ ਹੈਡੋ ਦੇ ਵਿੱਚ ਮਨਜੀਤ ਕੌਰ ਰਹਿੰਦੀ ਸੀਗੀ, ਨੀਅਰ ਅਬਾਊਟ 70-80 ਸਾਲ ਉਮਰ ਆ ਉਹਦੀ, ਅਤੇ ਉਹਦੇ ਮਰਡਰ ਹੋਣ ਤੋਂ ਵੀ ਸੂਚਨਾ ਮਿਲੀ ਸੀ, ਅਤੇ ਜਿੱਥੇ ਕਾਰਵਾਈ ਕਰਦੇ ਹੋਏ ਮੁਕੱਦਮਾ ਦਰਜ ਕੀਤਾ, ਅਤੇ ਕਰਨ ਸਿੰਘ ਦੇ ਬਿਆਨ 'ਤੇ ਮੁਕੱਦਮਾ ਨੰਬਰ 176 14 ਅੰਮ੍ਰਿਤਸਰ ਐਕਸਪ੍ਰੈਸ ਤੋਂ ਦਵਾਈ ਪੀ ਸੀ ਮੁੱਢੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਕੌਣ ਸੀ, ਕਿਹਨੇ ਮਰਡਰ ਕੀਤਾ, ਕੁਛ ਆਇਆ ਸਾਹਮਣੇ ਦੇਖਣ ਨੂੰ? ਉਹਦਾ ਹੀ ਭਤੀਜਾ ਸੀਗਾ, ਭਤੀਜੇ ਦਾ ਲੜਕਾ ਪੰਜਾਬ ਜਗਦੀਪ ਸਿੰਘ ਉਰਫ ਜੱਗੀ। ਇਹਨੇ ਗੋਦ ਲਿੱਤਾ ਹੋਇਆ ਸੀ ਜੀ? ਹਾਂ, ਗੋਦ ਲਿੱਤਾ ਸੀਗਾ। ਤੇ ਇਹ ਕੋਈ ਪੈਨਸ਼ਨ ਲੱਗੀ ਸੀ? ਇਹਨਾਂ ਦੇ ਫਾਦਰ ਸਾਹਿਬ ਕੀ ਕਰਦੇ ਸੀ, ਜਿਹਨੇ ਗੋਦ ਲਿੱਤਾ ਸੀ? ਇਹਨਾਂ ਦੇ ਹਸਬੈਂਡ ਉਹਦੇ ਆਰਮੀ ਡਿਊਟੀ ਕਰਦੇ ਸੀ, ਮੌਕੇ 'ਤੇ ਪਤਾਉਂਦੇ ਸੱਜਣਾ ਦੱਸਿਆ ਵੀ ਉਹ ਜਿਹੜੀ ਚਾਈਨਾ ਵਾਰ ਹੋਈ ਸੀ ਆਪਣੇ 1965 ਦੇ ਵਿੱਚ, ਉਹਦੇ ਵਿੱਚ ਸ਼ਹੀਦ ਹੋਏ ਸੀ। ਇਹਨਾਂ ਪੈਨਸ਼ਨ ਲੱਗੀ ਹੋਈ ਸੀ ਕੋਈ? ਕਿਹੜੀ ਜਾਤੀ ਨਾਲ ਸੰਬੰਧ ਰੱਖਦੇ ਨੇ? ਇਹ ਨਸ਼ਾ ਵਗੈਰਾ ਕੋਈ ਕਰਦਾ ਸੀਗਾ ਜੀ ਮੁੰਡਾ? ਇਸ ਤਰ੍ਹਾਂ ਸਾਹਮਣੇ ਆਉ ਸੀਗਾ, ਸਾਰਾ ਗੱਲ ਕਲੀਅਰ ਹੋ ਜੂ, ਕਰਦਾ ਸੀ ਮੈਡੀਕਲ ਚੈੱਕਅਪ ਕਰਾਇਆ, ਦਵਾਈ ਨੇ ਪ੍ਰਚਾਰ ਕੀਤੀ ਆ।